ਗਿੱਪੀ ਗਰੇਵਾਲ ਉੱਤੇ ਕੈਨੇਡਾ ਦੇ ਵਿੱਚ ਉਸਦੇ ਘਰ 'ਤੇ ਅਤੇ ਉਸਦੀ ਗੱਡੀ 'ਤੇ ਤਾਬੜ ਤੋੜ ਫਾਇਰਿੰਗ ਕਰ ਦਿੱਤੀ ਗਈ ਹੈ। ਬਹੁਤ ਹੀ ਮੰਦਭਾਗੀ ਘਟਨਾ ਸਾਨੂੰ ਪਤਾ ਹੀ ਹੈ, ਜੋ ਕਿ 1.5 ਸਾਲ ਪਹਿਲਾਂ ਹੋਇਆ ਸੀ ਸਿੱਧੂ ਮੂਸੇਵਾਲੇ ਦੇ ਨਾਲ। ਸੇਮ ਉੱਦਾਂ ਹੀ ਸਿਚੁਏਸ਼ਨ ਦੁਬਾਰਾ ਬਣਦੀ ਜਾ ਰਹੀ ਹੈ ਅਤੇ ਸਰਕਾਰ ਨੂੰ ਇਹੀ ਕਹਿੰਦੇ ਹਾਂ ਵੀ ਜੇ 1.5 ਸਾਲ ਪਹਿਲਾਂ ਤੁਸੀਂ ਇਹ ਕੰਮਾਂ ਦੇ ਉੱਤੇ ਨੱਥ ਪਾਈ ਹੁੰਦੀ ਅਤੇ ਅੱਜ ਇਹਦਾ ਇੱਦਾਂ ਦਾ ਰਿਜ਼ਲਟ ਦੇਖਣ ਨੂੰ ਨਾ ਪੈਂਦਾ। ਅਤੇ ਲੌਰੈਂਸ ਬਿਸ਼ਨੋਈ ਨੂੰ ਇੱਦਾਂ ਰੱਖਦੇ ਆ ਪ੍ਰਾਹੁਣਾ ਬਣਾ ਕੇ, ਜਿਵੇਂ ਬਹੁਤ ਹੀ ਖਾਸ ਹੁੰਦਾ ਸਰਕਾਰ ਦਾ। ਇੰਨੇ ਦਾ ਕਿਸੇ MLA ਨਾਲ ਅੱਜ ਤੱਕ ਸਿਕਿਉਰਿਟੀ ਨਹੀਂ ਦੇਖੀ ਜਿੰਨੀ ਉਹਦੇ ਨਾਲ ਤੁਰਦੀ। 150-200 ਗਨਮੈਨ ਅਤੇ ਇੱਥੋਂ ਸਰਕਾਰ ਦੀ ਨੀਤੀ ਸਾਫ਼ ਸਪੱਸ਼ਟ ਪਤਾ ਲੱਗਦੀ ਹੈ ਵੀ ਸਰਕਾਰ ਕਿੱਧਰ ਨੂੰ ਪੰਜਾਬ ਨੂੰ ਤੋੜਨਾ ਚਾਹੁੰਦੀ ਹੈ ਅਤੇ